ਲਾ ਰਹਮਾਨ ਰਹੀਮ ਸਮਾਕ ਨਾਜ਼ਰੀਨ, ਮੈਂ ਤੁਹਾਡਾ ਮੇਜ਼ਬਾਨ ਸਿਗਰ ਗੁੱਜਰ। ਤੁਸੀਂ ਵੇਖ ਰਹੇ ਗੁੱਜਰ ਟੀ ਵੀ ਆਰਫ ਵਾਲਾ, ਹਰ ਰੋਜ਼ ਬਿਹਤਰੀਨ ਅਤੇ ਅਲੱਗ ਕੁਆਲਿਟੀ ਦੇ ਜਾਨਵਰ ਲੈ ਕੇ ਦੋਸਤ ਚਾਦਰੋ ਜੀ ਦਾ। ਅੱਜ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਦੋ ਮੱਝਾਂ ਦੀ ਵੀਡੀਓ ਲੈ ਕੇ ਦੋਸਤ ਚਾਦਰੋ ਹਾਂ। ਦੋਸਤਾਂ ਮੱਝਾਂ ਵੇਖਣੀਆਂ, ਇੱਕ ਮੱਝ ਦੂਜਿਆਂ, ਇੱਕ ਮੱਝ ਤੀਸਰੀ, ਥਣ ਮੱਝ ਨੂੰ ਪੂਰਾ ਸੋਹਣਾ ਵਾ, ਇੱਕ ਘੱਡੀ ਦੀ ਹੈ, ਇਹ ਮੱਝ ਦੂਸਰੇ ਸੂਏ ਝੋਟੀ ਆ, ਇਹਨੂੰ ਇੱਕ ਘੱਡੀ ਹੈ, ਚੰਗਾ ਸੋਹਣਾ ਖੁੱਲ੍ਹਾ। ਪਰ ਮੱਝ ਦੀ ਚੁਆਈ ਹੋ ਗਈ ਆ, ਕੁਸ਼ਲ ਬਿਲਕੁਲ ਬਰੀਕ ਆ, ਜਿਵੇਂ ਐਮ ਆਈ ਝੂਠੀ ਦੂਸਰਾ ਸੂਆ ਸੂਈ ਹੈ, ਬੱਚਾ ਹੈ ਨਹੀਂ ਇਹਦਾ। ਦੁੱਧ 13 ਤੋਂ 14 ਕਿਲੋ ਜਿਹੜੇ ਭਰਾ ਦੇ ਲਵੇ, ਠੰਡਾ ਕਰਕੇ ਚੁਆਵਾਂਗੇ। ਸ਼ਾਹ ਕਾਲੀ ਇੱਕ ਰੰਗੀ, ਇਹਨਾਂ ਦੋਨੋਂ ਮੋੜੀ ਪਹਿਲੀ ਯਾਰ ਸੋਚੀ ਪਹਿਲੀ ਮਾਸ਼ਾਅੱਲਾ। ਲੇਕਿਨ ਜਦੋਂ ਚੋਣ ਵਾਲੀ ਮੱਝ ਹੁੰਦੀ ਹਲਤੀ, ਥਣਾਂ ਦੀ ਮੱਝ ਖੁਸ਼ਕ ਵੀ ਨਹੀਂ ਹੋਏ, ਮਾਰ ਪੈ ਲੈ ਫਿਲਹਾਲ, ਥਣ ਵੀ ਨਹੀਂ ਖੁਸ਼ਕ ਹੋਏ ਇਸ ਝੋਟੀ ਦੇ। ਹੁਣ ਹੀ ਚੁਆਈ ਹੋਈ ਹੈ, ਪਹਾੜੇ ਲੱਗ ਗਈ ਆ, ਪਹਿਲੇ ਇੱਕ ਦੋ ਦਿਨ ਥੋੜ੍ਹਾ ਜਿਹਾ ਖਰਾਬ ਕੀਤਾ, ਲੇਕਿਨ ਹੁਣ ਮੱਝ ਬਿਲਕੁਲ ਪਹਾੜੇ 'ਤੇ, ਦੋਵੇਂ ਟਾਈਮ ਮਿਲਦੀ। ਐਮ ਆਈ ਨੇ ਤੀਸਰਾ ਸੂਆ ਸੂਣਾ, ਸੂਣ ਦੇ ਵਿੱਚ 8-10 ਦਿਨ ਜਾਂ 15 ਦਿਨ। ਕਾਫੀ ਸਾਰੇ ਦੋਸਤ ਆਈਆਂ, ਕੱਲ੍ਹ ਆਉਂਦੀਆਂ ਸੀ ਕਿ ਬੜੇ ਦਿਨ ਹੋਏ ਕੋਈ ਵੀਡੀਓ ਨਹੀਂ ਆਉਂਦੀ, ਲੇਕਿਨ ਜਾਨਵਰ ਲੈਂਦੇ ਸੀ, ਰੇਟ ਬੜੇ ਹਾਈ ਆ। ਅਤੇ ਜਿਹੜੇ ਦੋਸਤਾਂ ਨੇ, ਕਈ ਤਾਂ ਸਮਝ ਰੱਖਦੇ ਦੋਸਤ, ਲੇਕਿਨ ਕਈ ਫਿਰ ਕਹਿੰਦੇ ਕਿ ਬੜੇ ਸਾਰੇ ਰੇਟ ਮੰਗ ਛੱਡਦੇ। ਅਲਹਮਦੁਲਿਲਾ ਵੈਸੇ ਹੀ ਜਾਨਵਰ ਸੇਲ ਹੁੰਦੇ ਆ, ਮੈਂ ਜਾਣਦੇ ਉੱਥੇ ਮੈਨੂੰ ਹੱਡੀ ਇੱਕ ਸਿੰਘ ਮੈਨੂੰ ਬਰੀਕ ਜਾਨਵਰ ਉੱਤੋਂ ਰੱਖ ਕੇ ਮੁੜਿਆ, ਸੁਣ ਦੇ ਵਿੱਚ ਮੈਂ 4-5 ਦਿਨ ਲਵੇਗੀ। ਕੈਸਾ ਪਿਆਰਾ ਤੁਹਾਨੂੰ ਹਲਤੀ ਮਾਈ ਨੇ ਬੋੜਾ ਨਹੀਂ ਬਣਾਇਆ ਥਣਾਂ ਦੇ ਵਿੱਚ, ਇਹ ਵੀ ਪਾਸ ਕੀਤੀ ਲਈ ਹੈ, ਇਹਦੀ ਚੁਆਈ ਕਰਤੀ ਹੈ, ਪਹਿਲੇ 2-4 ਦਿਨ ਖਰਾਬ ਕੀਤਾ ਵਾ, 15 ਦਿਨ ਕਮ ਸੇ ਕਮ 15 ਦਿਨਾਂ ਦੀ ਸੂਈ ਹੋਈ ਝੋਟੀ ਨੂੰ, ਕੱਦ ਪੂਰਾ ਵਾ, ਅਤੇ ਰੇਟ ਇਹਦਾ ਬਿਲਕੁਲ ਫੈਨਲ ਫੈਨਲ ਇਨਸ਼ਾਅੱਲਾ ਮੁਨਾਸਬ ਜਿਹਾ ਹੋਣਗੇ। ਥਣਾਂ 'ਚ ਵਾਧਾ ਘਾਟਾ ਚਿੱਟਾ ਫੁਹਾਰਾ, ਉਹਦੀ ਤਸੱਲੀ ਗਰੰਟੀ ਹੋਏਗੀ ਇਨਸ਼ਾਅੱਲਾ। 3 ਲੱਖ ਅਤੇ 60 ਹਜ਼ਾਰ ਰੁਪਇਆ ਇਸ ਝੋਟੀ ਦਾ ਵਾ, 3 ਲੱਖ ਅਤੇ 80 ਹਜ਼ਾਰ ਰੁਪਇਆ ਸਮਾਜ ਦਾ ਰੇਟ ਇਨਸ਼ਾਅੱਲਾ ਬਿਲਕੁਲ ਮੁਨਾਸਬ ਜਿਹਾ ਅਤੇ ਮਕੂਲ ਜਿਹਾ। 3 ਲੱਖ 80 ਹਜ਼ਾਰ ਰੁਪਇਆ, 3 ਲੱਖ 60 ਹਜ਼ਾਰ, ਸੋ ਕੱਢੀਆਂ ਦੋ ਨੇ ਇੱਕ ਵਾਰੀ ਮਾਰ ਦੇ ਗੋ ਟੁਰਨ ਫਿਰਨ। ਲੰਮੀ ਦੋਸਤਾਂ ਝੋਟੀ ਵੇਖਣੀ ਹੈ ਕਿੱਡੀ, ਇਕੱਲਾ ਇਕੱਲਾ ਸਾਫ਼ ਥਣ, ਥਣਾਂ 'ਚ ਵਾਧਾ ਘਾਟਾ ਹੋਵੇ, ਚਿੱਟਾ ਫਾਰਾ ਹੋਵੇ। ਜੇ ਅਗਰ ਕਿਸੇ ਦੋਸਤ ਨੇ ਇਹਦੀ ਵੀਡੀਓ ਕਿਹਾ, ਚੁਆਈ ਦੀ ਇਨਸ਼ਾਅੱਲਾ ਸੈਂਡ ਕਰਾਂਗੇ, ਬਾਲਟੀ ਦੁੱਧ ਦੇ ਅੱਲਾ ਦੇ ਕੋਨਾ, 8-9 ਕਿਲੋ ਵਾਲੀ ਬਿਲਕੁਲ ਫੁੱਲ ਕਰਦੀ। ਦੋਸਤ ਅੰਦਾਜ਼ਾ ਲਾ ਸਕਦੇ ਕਿ ਥਣ ਬਿਲਕੁਲ ਚੁਆਈ 10-20 ਮਿੰਟ ਹੋ ਗਿਆ ਹੋਊਗੀ, ਪਰ ਲੁਧੇਨ 'ਚ ਨਹੀਂ ਆਇਆ, ਨਹੀਂ ਚੁਆਈ ਤੋਂ ਪਹਿਲੇ ਇਨਸ਼ਾਅੱਲਾ ਜਿਹੜੇ ਦੋਸਤ ਨਾਲ ਸੌਦਾ ਹੋਵੇ ਇਹਦੀ ਵੀਡੀਓ ਵੇਖ ਲਓ ਜਾਣ ਦੇ। 3 ਲੱਖ 80 ਹਜ਼ਾਰ ਰੁਪਇਆ ਸਮਾਜ ਦਾ ਰੇਟ ਆ, ਔਰ ਮੋੜੇਗੇ 3 ਲੱਖ 60 ਹਜ਼ਾਰ ਰੁਪਇਆ ਝੋਟੀ ਦਾ। ਦੂਸਰੀ ਇੱਕ ਮਾਈ ਘਰ ਦੀ ਤਿਆਰ ਹੁੰਦੀ ਪਈ, ਇਹਨੂੰ ਕੋਈ 15-20 ਦਿਨ ਲੈਣੇ ਇਨਸ਼ਾਅੱਲਾ, 20-25 ਕਿਲੋ ਵਾਲੀ ਪੱਕੀ ਮੱਝ ਜਿਹੜੇ ਭਰਾ ਦਿਲ ਕਰਦੀ ਮੱਝ। ਦੋਸਤ ਝਲਣਾ ਤੋਂ ਅੰਦਾਜ਼ਾ ਲਾ ਸਕਦੇ ਮੱਝ ਨੇ ਕਿੱਡਾ ਵੱਡਾ ਲਿਬਾਸ ਬਣਾਉਣਾ, ਮੱਝ ਪੁੱਠਾ, ਮੱਝ ਨੂੰ ਖੁੱਡਾ, ਮੱਝ ਇਨਸ਼ਾਅੱਲਾ ਲਾਏ ਪੈ ਗਈ ਕਿੱਡਾ ਬਣਾਉਣ ਲੱਗ ਪਈ। ਪਾ ਦੇਣਾ ਫਿਰ ਮੱਝ ਦੀ ਹਾਈਟ
ਕਦ ਇਹਨੇ 15 ਤੋਂ 20 ਦਿਨਾਂ 'ਚ ਇਨਸ਼ਾਅੱਲਾ ਤਿਆਰ ਹੋ ਜਾਣਾ ਸੀ। ਸਫੈਦ ਚਿੱਟੀ ਅੱਖ ਆ ਮਾਈ ਨੂੰ ਅਤੇ ਬੜੀ ਸਾਂਭੀ ਆ, ਦੋਵੇਂ ਮਾਈ ਨੂੰ ਸਫੈਦ ਚਿੱਟੀਆਂ ਅੱਖ ਫਲਾਂ ਦੇ ਕੋਲ 15 ਤੋਂ 20 ਦਿਨਾਂ 'ਚ ਤਿਆਰ ਹੋਈ ਤਾਂ ਇਨਸ਼ਾਅੱਲਾ ਰੇਟ ਲਾਵਾਂਗੇ। ਸ਼ੌਕ ਨਾ ਵਿਖਾਈਏ ਦੋਸਤਾਂ ਨੂੰ। ਐਡੀ ਮੱਝ 4-5 ਦਿਨ ਲੈ ਜਾਣੇ। ਇਹ ਮੱਝ ਸੂਈ ਆ 10 ਤੋਂ 15 ਦਿਨਾਂ ਦੀ, ਬੱਚਾ ਮੱਝ ਦਾ ਮਰ ਗਿਆ। 360,000 ਰੁਪਇਆ ਰੇਟ ਆ ਇਸ ਮੱਝ ਦਾ, 3,00,000 ਅਤੇ 80,000 ਰੁਪਇਆ ਰੇਟ। ਅਗਰ ਕਿਸੇ ਭਰਾ ਦੇ ਸਮਝ ਅੰਦਰ ਰਾਬਤਾ ਕਰ ਲੈਣਾ, ਰਾਬਤਾ ਨੰਬਰ 0305-67-53-54। ਇਹਦੇ ਥਣਾਂ ਦੀ ਪਿੱਛੇ ਦੀ ਹਰ ਤਰ੍ਹਾਂ ਦੀ ਗੱਭਣ ਕੋਈ ਦੋਸਤ ਲਵੇ, ਸੂਈ ਲਵੇ, ਇਨਸ਼ਾਅੱਲਾ ਫੁੱਲ ਅਤੇ ਫਾਈਨਲ ਗਰੰਟੀ ਹੋਵੇ। ਉਮੀਦ ਕਰਨੀ ਕਿ ਇਹ ਵੀਡੀਓ ਆਏਗੀ ਦੋਸਤਾਂ ਨੂੰ ਪਸੰਦ। ਵੀਡੀਓ ਪਸੰਦ ਆਉਂਦੀ 11 ਦੋਸਤਾਂ ਨਾਲ ਸ਼ੇਅਰ। ਜਿਹਨਾਂ ਦੋਸਤਾਂ ਸਾਡਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ, ਚੈਨਲ ਸਬਸਕ੍ਰਾਈਬ। ਇੱਕ ਅਗਲੀ ਅਤੇ ਨਵੀਂ ਬਿਹਤਰੀਨ ਵੀਡੀਓ ਫਿਰ ਹਾਜ਼ਰ ਹੋਵਾਂਗੇ। ਉਸ ਟਾਈਮ ਤੱਕ ਆਪਣੇ ਮੇਜ਼ਬਾਨ ਅਸਗਰ ਗੁਜਰਨ ਦੀ ਇਜਾਜ਼ਤ। ਮਿਲਣੀ ਇੱਕ ਅਗਲੀ ਅਤੇ ਨਵੀਂ ਬਿਹਤਰੀਨ ਵੀਡੀਓ ਨਾਲ। ਅੱਲਾ ਹਾਫਿਜ਼।